ਸਭ ਨੂੰ ਸਤਿ ਸ੍ਰੀ ਅਕਾਲ ਜੀ ਅਤੇ ਹਾਜ਼ਰਾਂ ਜੀ, ਮੌਸਮ ਬਾਰੇ ਤਾਜ਼ਾ ਜਾਣਕਾਰੀ ਲੈ ਕੇ। ਕਿਵੇਂ ਦਾ ਰਹੇਗਾ ਅੱਜ ਦਾ ਮੌਸਮ? ਅਤੇ ਉਹਨਾਂ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਵਾਏ ਨੇ। ਅਤੇ ਉੱਥੇ ਮੀਂਹ ਪੈ ਰਿਹਾ ਸੀ, ਇਹ ਕੁਛ ਦੇਰ ਪਹਿਲਾਂ ਦੀ ਵੀਡੀਓ ਹੈ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੇ ਮੌਸਮ ਬਾਰੇ। ਜਿਨ੍ਹਾਂ ਨੇ ਵੀਡੀਓ ਭੇਜੀਆਂ ਨੇ ਉਹਨਾਂ ਦੇ ਨਾਮ ਇਸ ਵੀਡੀਓ ਦੇ ਅਖੀਰ ਦੇ ਵਿੱਚ ਲਏ ਜਾਣਗੇ। ਸਭ ਤੋਂ ਪਹਿਲਾਂ ਮੌਸਮ ਜਿਹੜਾ ਜੰਮੂ ਦਾ, ਜੰਮੂ ਦੇ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ 60% ਹੈ। ਪੰਜਾਬ ਦੀ ਜੇ ਜ਼ਿਲ੍ਹਾ ਵਾਰ ਗੱਲ ਕਰੀਏ ਤਾਂ ਫਾਜ਼ਿਲਕਾ ਦੇ ਵਿੱਚ ਅੱਜ 50% ਸੰਭਾਵਨਾ ਹੈ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ 40% ਸੰਭਾਵਨਾ ਹੈ। ਮਲੋਟ, ਲੰਬੀ, ਫਰੀਦਕੋਟ ਇਸ ਏਰੀਏ ਦੇ ਵਿੱਚ 40% ਸੰਭਾਵਨਾ ਮੀਂਹ ਪੈਣ ਦੀ। ਫਿਰੋਜ਼ਪੁਰ ਜ਼ਿਲ੍ਹੇ ਵਿੱਚ 60% ਸੰਭਾਵਨਾ ਹੈ ਜੀ ਮੀਂਹ ਪੈਣ ਦੀ ਅੱਜ। ਤਰਨ ਤਾਰਨ ਸਾਹਿਬ ਜ਼ਿਲ੍ਹੇ ਵਿੱਚ ਵੀ 60% ਦੇ ਲਗਭਗ ਸੰਭਾਵਨਾ ਹੈ। ਅਤੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ, ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ ਵੀ 60% ਅੱਜ ਫੇਰ ਸੰਭਾਵਨਾ ਮੀਂਹ ਪੈਣ ਦੀ। ਗੁਰਦਾਸਪੁਰ ਜ਼ਿਲ੍ਹੇ ਵਿੱਚ 100% ਸੰਭਾਵਨਾ ਹੈ। ਇਸੇ ਤਰ੍ਹਾਂ ਹੀ ਪਠਾਨਕੋਟ ਜ਼ਿਲ੍ਹੇ ਵਿੱਚ 60% ਦੇ ਲਗਭਗ ਸੰਭਾਵਨਾ ਮੀਂਹ ਪੈਣ ਦੀ। ਬਠਿੰਡਾ ਜ਼ਿਲ੍ਹੇ ਵਿੱਚ 60% ਸੰਭਾਵਨਾ ਹੈ ਜੀ ਅੱਜ। ਮੋਗਾ ਦੇ ਵਿੱਚ ਵੀ 60% ਸੰਭਾਵਨਾ ਹੈ। ਅਤੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਜਿਹੜਾ 100% ਸੰਭਾਵਨਾ ਜੀ। ਅਤੇ ਤੇਜ਼ ਹਵਾਵਾਂ ਚੱਲਣ ਦੀ ਪੂਰੀ ਉਮੀਦ ਹੈ। ਕਪੂਰਥਲਾ ਜ਼ਿਲ੍ਹੇ ਵਿੱਚ 100% ਸੰਭਾਵਨਾ ਹੈ ਮੀਂਹ ਪੈਣ ਦੀ। ਅਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 60% ਦੇ ਲਗਭਗ ਸੰਭਾਵਨਾ ਹੈ ਜੀ ਅੱਜ ਮੀਂਹ ਪੈਣ ਦੀ। ਅਤੇ ਹੁਸ਼ਿਆਰਪੁਰ ਵਿੱਚ ਲਗਾਤਾਰ 5-6 ਦਿਨਾਂ ਤੋਂ ਮੀਂਹ ਪੈ ਰਿਹਾ ਜਿਵੇਂ ਪਹਿਲਾਂ ਵੀ ਦੱਸਿਆ ਗਿਆ ਸੀ। ਮਾਨਸਾ ਜ਼ਿਲ੍ਹੇ ਵਿੱਚ ਅੱਜ ਜਿਹੜਾ 50% ਦੇ ਲਗਭਗ ਸੰਭਾਵਨਾ ਮੀਂਹ ਪੈਣ ਦੀ। ਬਰਨਾਲਾ ਜ਼ਿਲ੍ਹੇ ਵਿੱਚ ਵੀ 50% ਦੇ ਲਗਭਗ ਸੰਭਾਵਨਾ ਹੈ। ਅਤੇ ਲੁਧਿਆਣਾ ਵਿੱਚ 60% ਸੰਭਾਵਨਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਾਣੀ ਮੋਹਾਲੀ ਦੇ ਵਿੱਚ 100% ਸੰਭਾਵਨਾ ਅੱਜ ਫਿਰ ਮੀਂਹ ਪੈਣ ਦੀ। ਸ਼ਹੀਦ ਭਗਤ ਸਿੰਘ ਨਗਰ ਵਿੱਚ 90% ਦੇ ਨੇੜੇ ਸੰਭਾਵਨਾ ਹੈ। ਅਤੇ ਜਲੰਧਰ ਜ਼ਿਲ੍ਹੇ ਵਿੱਚ 60% ਸੰਭਾਵਨਾ ਹੈ ਜੀ ਮੀਂਹ ਪੈਣ ਦੀ। ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ 70% ਅਤੇ ਪਟਿਆਲਾ ਜ਼ਿਲ੍ਹੇ ਵਿੱਚ ਵੀ 70% ਦੇ ਨੇੜੇ ਤੇੜੇ ਸੰਭਾਵਨਾ ਜੀ ਮੀਂਹ ਪੈਣ ਦੀ। ਜਿਵੇਂ ਕਿ 14 ਤਰੀਕ ਨੂੰ ਵੀ ਕਾਫੀ ਥਾਵਾਂ 'ਤੇ ਮੀਂਹ ਪਿਆ ਸੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ। ਸੰਗਰੂਰ ਜ਼ਿਲ੍ਹੇ ਵਿੱਚ 70% ਸੰਭਾਵਨਾ ਹੈ। ਅਤੇ ਰੂਪਨਗਰ ਜਾਣੀ ਇੱਥੇ 60% ਸੰਭਾਵਨਾ ਹੈ ਜੀ। ਦਿੱਲੀ ਦੇ ਵਿੱਚ ਅੱਜ ਜਿਹੜਾ ਮੀਂਹ ਪੈਣ ਦੀ ਸੰਭਾਵਨਾ 70% ਹੈ। ਹਰਿਆਣਾ ਵਿੱਚ 60% ਸੰਭਾਵਨਾ ਹੈ ਅੱਜ ਮੀਂਹ ਪੈਣ ਦੀ। ਹਿਮਾਚਲ ਪ੍ਰਦੇਸ਼ ਵਿੱਚ ਵੀ 60% ਸੰਭਾਵਨਾ ਹੈ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਜਿਹੜੀ ਤੁਹਾਨੂੰ ਹਿਮਾਚਲ ਦੀਆਂ ਘਾਟੀਆਂ ਦੀ ਦਰਸ਼ਨ ਕਰਾਏ ਜਾਣ। ਅਤੇ ਚੰਡੀਗੜ੍ਹ ਦੇ ਵਿੱਚ ਵੀ ਅੱਜ 60% ਦੇ ਨੇੜੇ ਤੇੜੇ ਸੰਭਾਵਨਾ ਜੀ ਮੀਂਹ ਪੈਣ ਦੀ। ਯੂਪੀ ਦੇ ਵਿੱਚ ਬਹੁਤ ਘੱਟ ਉਮੀਦ ਹੈ ਅੱਜ ਮੀਂਹ ਪੈਣ ਦੀ। ਰਾਜਸਥਾਨ ਦੇ ਵਿੱਚ ਬੱਦਲਵਾਈ ਵੇਖਣ ਨੂੰ ਮਿਲੇਗੀ। ਅਤੇ ਇੱਕਾ ਦੁੱਕਾ ਜ਼ਿਲ੍ਹਿਆਂ ਦੇ ਵਿੱਚ ਹੋ ਸਕਦਾ ਛਿੱਟੇ ਪੈ ਸਕਦੇ ਨੇ। ਉੱਤਰਾਖੰਡ ਦੇ ਵਿੱਚ 70% ਉਮੀਦ ਹੈ ਜੀ। ਬਹੁਤ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ ਇਸ ਰਾਜ ਦੇ ਵਿੱਚ। ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਹੈ ਉਹ ਸੰਘਣੀ ਬੱਦਲਵਾਈ ਕਿਤੇ ਕਿਤੇ ਵੇਖਣ ਨੂੰ ਮਿਲ ਸਕਦੀ ਹੈ ਜਾਂ ਇੱਕਾ ਦੁੱਕਾ ਥਾਵਾਂ 'ਤੇ ਛਿੱਟੇ ਪੈ ਸਕਦੇ ਨੇ। ਅਤੇ ਹੁਣ ਉਹਨਾਂ ਸੱਜਣਾਂ ਦੇ ਨਾਮ ਜਿਨ੍ਹਾਂ ਨੇ ਵੀਡੀਓ ਭੇਜੀਆਂ ਨੇ,
ਅਤੇ ਕਿਰਪਾ ਕਰਕੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ ਜਿਹੜੀ ਵੀਡੀਓ ਹੈ ਸਾਫ਼ ਸੁਥਰੀ ਸੋਹਣੀ ਬਣਾਉਣ ਅਤੇ ਮੋਬਾਈਲ ਟੇਢਾ ਰੱਖ ਕੇ ਬਣਾਉਣ, ਨਹੀਂ ਤਾਂ ਵੀਡੀਓ ਸਾਨੂੰ ਛੱਡਣੀਆਂ ਪੈਂਦੀਆਂ ਨੇ। ਅਤੇ ਜਿਨ੍ਹਾਂ ਦੇ ਨਾਮ ਪਹਿਲਾਂ ਬੋਲੇ ਜਾ ਚੁੱਕੇ ਨੇ ਉਹ ਕਿਰਪਾ ਕਰਕੇ ਅੱਗੇ ਵੀਡੀਓ ਜਲਦੀ ਨਾ ਭੇਜਣ, ਕਿਉਂਕਿ ਵੀਡੀਓ ਸੈਂਕੜੇ ਦੀ ਗਿਣਤੀ 'ਚ ਆਉਂਦੀਆਂ ਨੇ, ਪਰ ਇੱਥੇ ਆਪਾਂ ਥੋੜ੍ਹੀ ਵੀਡੀਓ ਵਿਖਾ ਸਕਦੇ ਹਾਂ ਜਾਂ ਨਾਮ ਬੋਲ ਸਕਦੇ ਹਾਂ। ਅਤੇ ਹੁਣ ਆਪਾਂ ਨਾਮ ਦੱਸ ਰਹੇ ਜੀ, ਪਹਿਲੀ ਵੀਡੀਓ ਜਿਹੜੀ ਭੇਜੀ ਸੀ ਅੱਜ ਪੱਟੀ ਤੋਂ, ਅੱਗੇ ਮਲਕੀਤ ਸਿੰਘ ਤਰਨ ਤਾਰਨ ਤੋਂ, ਦਲਜੀਤ ਸਿੰਘ ਫੇਅਰ ਐਵਰ ਸੋਢੇ ਵਾਲੇ ਜਿਹੜੇ ਨੇ, ਅਤੇ ਡਾਕਟਰ ਚੰਦਰ ਜਿਹੜੇ ਨੇ ਉਹ ਚੱਕ ਭਾਵਰਾ ਪਿੰਡ ਤੋਂ ਨੇ, ਫਾਜ਼ਿਲਕਾ ਜ਼ਿਲ੍ਹੇ ਤੋਂ ਜਲਾਲਾਬਾਦ ਦੇ ਨੇੜੇ ਤੋਂ, ਵਿਸ਼ਾਲ ਮੱਕੜ ਵੀ ਜਲਾਲਾਬਾਦ ਤੋਂ ਨੇ, ਇੱਕ ਦੋਦੇ ਤੋਂ ਭੇਜੀ ਹੈ ਸੱਜਣਾ ਨੇ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ, ਅਤੇ ਇਸ ਤਰ੍ਹਾਂ ਹੀ ਮਹਾਤਮਾ ਨਗਰ ਫਾਜ਼ਿਲਕਾ ਤੋਂ, ਅਤੇ ਇਸ ਦੇ ਨਾਲ ਹੀ ਰਾਜਵਿੰਦਰ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਨੇੜੇ ਰਈਆ ਤੋਂ, ਮਹਿਤਪੁਰ ਨਕੋਦਰ ਜਲੰਧਰ ਤੋਂ, ਇਸੇ ਤਰ੍ਹਾਂ ਹੀ ਨਵਾਂਸ਼ਹਿਰ ਤੋਂ, ਅਵਤਾਰ ਸਿੰਘ ਬਲਾਸ ਮੋਗਾ ਤੋਂ, ਗੁਰਪ੍ਰੀਤ ਸਿੰਘ ਖੋਟੇ ਰਾਮਪੁਲਾ ਫੂਲ ਤੋਂ ਵੀ ਵੀਡੀਓ ਭੇਜੀ ਹੈ, ਗੁਰਫਤਿਹ ਸਿੰਘ ਨਸ਼ਹਿਰਾ ਪੰਨੂਆ ਤੋਂ, ਅਤੇ ਸੁਖਚੈਨ ਸਿੰਘ ਮਲੋਟ ਤੋਂ, ਧਨੌਲੇ ਤੋਂ, ਸੱਜਣਾ ਨੇ ਨਾਮ ਜਿਹੜਾ ਲਿਖਿਆ ਕੁਝ ਸਮਝ ਨਹੀਂ ਆਈ, ਸੰਨੀ ਪਰਮਾਰ ਪਾਂਸ਼ਟਾ ਪਿੰਡ ਫਗਵਾੜਾ, ਅਤੇ ਇਸ ਦੇ ਨਾਲ ਹੀ ਮਾਨਸਾ ਤੋਂ ਲਖਵਿੰਦਰ ਸਿੰਘ ਭੈਣੀ ਬਾਘਾ ਦੇ ਨੇੜੇ ਤੋਂ ਵੀਡੀਓ ਪਾ ਭੇਜੀ ਹੈ, ਕਾਨਗੜ੍ਹ ਭੂਤਣਾ ਸਮਾਣਾ ਤੋਂ ਜਗਤਾਰ ਸਿੰਘ, ਗੁਰਮੀਤ ਸਿੰਘ ਪਟਿਆਲਾ ਤੋਂ, ਅਤੇ ਇਸੇ ਤਰ੍ਹਾਂ ਹੀ ਪਿੰਡ ਕਰੀਵਾਲ ਤੋਂ ਹਰਜੋਤ ਸਿੰਘ, ਮਰਿੰਡਾ ਤੋਂ ਮਾਸਟਰ ਲਾਭ ਸਿੰਘ, ਅਤੇ ਕਰਨ ਸਿੰਘ ਮਰਿੰਡਾ ਤੋਂ ਰਾਜਪੁਰਾ ਤੋਂ ਸੱਜਣਾ ਨੇ ਵੀਡੀਓ ਭੇਜੀਆਂ ਨੇ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੀਤਾ ਬੜਬੜ, ਅਤੇ ਇਸੇ ਤਰ੍ਹਾਂ ਜਗਮੋਹਨ ਸਿੰਘ ਪੰਧੇਰ UKWS ਮਲੇਰਕੋਟਲਾ ਤੋਂ, ਜਸਵੀਰ ਸਿੰਘ ਗਿੱਲ ਭਕਣਾ, ਅਤੇ ਗੁਰਵਿੰਦਰ ਸਿੰਘ ਦੁਰਾਹਾ, ਪ੍ਰਕਾਸ਼ ਬਾਊ ਜਿਹੜੇ ਨੇ ਪਟਿਆਲਾ ਤੋਂ, ਅਬਲੋਵਾਲ ਪਟਿਆਲਾ ਤੋਂ ਵੀਡੀਓ ਭੇਜੀਆਂ ਨੇ, ਅਤੇ ਇਹਨਾਂ ਨੂੰ ਸੱਜਣਾ ਨੂੰ ਬੇਨਤੀ ਵੀਡੀਓ ਦੇ ਨਾਲ ਥੱਲੇ ਸਾਫ਼ ਅਲੱਗ ਨਾਮ ਲਿਖਿਆ ਜਾਵੇ, ਆਪਣੇ ਘਰ ਪਰਿਵਾਰ ਵੀਡੀਓ ਦੇ ਵਿੱਚ ਨਾਂ ਵਿਖਾਇਆ ਜਾਵੇ, ਉਹੀ ਵੀਡੀਓ ਇੱਥੇ ਪਾਈਆਂ ਜਾਂਦੀਆਂ ਨੇ, ਕਿਰਪਾ ਕਰਕੇ ਧਿਆਨ ਰੱਖੋ। ਅੱਗੇ ਸੁਖਚੈਨ ਸਿੰਘ ਸਮਾਣਾ ਪਟਿਆਲਾ ਰੋਡ ਤੋਂ, ਅਤੇ ਇਸੇ ਤਰ੍ਹਾਂ ਹੀ ਗੁਰਨਾਮ ਸੰਧੂ ਜਿਹੜੇ ਨੇ ਇਹ ਚੰਡੀਗੜ੍ਹ ਤੋਂ, ਇਹਨਾਂ ਨੇ ਵੀਡੀਓ ਭੇਜੀਆਂ ਨੇ। ਸੋ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਸੱਜਣ ਰਹਿ ਗਏ ਨੇ ਉਹਨਾਂ ਤੋਂ ਮਾਫ਼ੀ ਚਾਹੁੰਦੇ ਹਾਂ, ਫਿਰ ਕਿਤੇ ਉਹਨਾਂ ਦੇ ਨਾਮ ਬੋਲ ਦਿੱਤੇ ਜਾਣਗੇ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।